ਸਿਟੀ ਦੇ ਵਿੱਚ ਘਰਾਂ ਦੀਆਂ ਕੀਮਤਾਂ ਵੱਧ ਰਹੀਆਂ ਨੇ ਤੇ ਸਰੀ ਸਿਟੀ ਦੇ ਵਿੱਚ ਇਸ ਵੇਲੇ ਲੋਕ ਪਰੇਸ਼ਾਨ ਨੇ ਕਈ ਬਿਲਡਿੰਗਾਂ ਦੇ ਪਰਮਿਟ ਨਹੀਂ ਆ ਰਹੇ ਉਹਨਾਂ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਕਿ ਕਦੋਂ ਤੱਕ ਸਿਟੀ ਅਪਰੂਵਲ ਦੇਗੀ ਇਸ ਤੇ ਗੱਲਬਾਤ ਕਰਦੇ ਹਾਂ ਕਾਉਂਸਲਰ ਮਰਦੀਪ ਨਾਗਰਾਜੀ ਸਾਨ ਨਾਲ ਜੁੜੇ ਹੋਏ ਨੇ ਮਨਦੀਪ ਜੀ ਇਹ ਬਹੁਤ ਹੀ ਇੰਪੋਰਟੈਂਟ ਇਸ਼ੂ ਇਸ਼ੂ ਹੈਗਾ ਕਿ ਜਿਹੜੇ ਬਿਲਡਿੰਗ ਪਰਮਿਟ ਹੈ ਉਹ ਆ ਨਹੀਂ ਰਹੇ ਤੇ ਲੋਕ ਇਹ ਸਵਾਲ ਕਰ ਰਹੇ ਨੇ ਜਿਨ੍ਹਾਂ ਨੇ ਘਰ ਖਰੀਦਨੇ ਹੈਗੇ ਆ ਕਿ ਕਦੋਂ ਤੱਕ ਇਹ ਪਰਮਿਟ ਕਲੀਅਰ ਹੋਣਗੇ ਨਹੀਂ ਬਿਲਕੁਲ ਪਹਿਲੇ ਤੇ ਇਦਾਂ ਦੀ ਬਿਲਕੁਲ ਗੱਲ ਨਹੀਂ ਕਿ ਬਿਲਡਿੰਗ ਪਰਮਿਟਸ ਆ ਨਹੀਂ ਰਹੇ ਡਿਲੇਸ ਤੇ ਵੀ ਥੋੜੀਆਂ ਬਹੁਤਿਆਂ ਡਿਲੇਸ ਜਿਹੜੀਆਂ ਆ ਉਹ ਬਿਲਡਿੰਗ ਪਰਮਿਟਸ ਦੇ ਵਿੱਚ ਐਸ ਟਾਈਮ ਹੇ ਗਿਆ ਪਰ ਬਹੁਤ ਖੁਸ਼ ਅਸੀਂ ਚੇਂਜ ਕੀਤਾ ਅਸੀਂ ਬਹੁਤ ਨਵੀਆਂ ਪਾਲਿਸਿਸ ਲੈ ਕੇ ਆਏ ਆ ਪਿਛਲੇ ਕੁਝ ਕੁ ਵੀਕਾਂ ਦੇ ਵਿੱਚ ਹੀ ਹਜੇ ਜਿਹੜੀਆਂ ਨਵੀਆਂ ਪਾਲਿਸਿਸ ਗਾਰੰਟੀਡ ਟਾਈਮਲਾਈਨਸ ਜਿਹੜੀਆਂ ਆ ਸਿੰਗਲ ਫੈਮਿਲੀ ਕਰਦੀ 10 ਵੀਕ ਦੇ ਵਿੱਚ ਵਿੱਚ ਜਿਹੜਾ ਪਰਮਿਟ ਆ ਉਹ ਇਸ਼ੂ ਹੋਇਆ ਕਰੇਗਾ ਉਹ ਬਿਲਕੁਲ ਹਜੇ ਫੇਰਲੀ ਬਹੁਤ ਨਵੀਆਂ ਪਾਲਿਸਿਸ ਨੇ ਕੁਝ ਮਹੀਨੇ ਨਹੀਂ ਕੁਝ ਕੁ ਵੀਕ ਪੁਰਾਣੀਆਂ ਪਾਲਿਸਿਸ ਨੇ ਉਹਨਾਂ ਨੂੰ ਇੰਪਲੀਮੈਂਟ ਕਰਨ ਲਈ ਥੋੜਾ ਬਹੁਤ ਜ਼ਰੂਰ ਟਾਈਮ ਚਾਹੀਦਾ ਹੁੰਦਾ ਕਿਉਂਕਿ ਸਟਾਫ ਵਾਸਤੇ ਵੀ ਬਹੁਤ ਵੱਡੀਆਂ ਚੇਂਜੇਸ ਨੇ ਆਉ। ਸੋ ਇਹ ਜਦੋਂ ਹੀ ਕਿੱਕਨ ਹੁੰਦੀਆਂ ਪਾਲਿਸਿਸ ਤੇ ਤੁਸੀਂ ਜਿਹੜੀ ਚੇਂਜ ਆ ਬਾਹਰ ਫੀਲਡ ਦੇ ਵਿੱਚ ਆਟੋਮੈਟਿਕਲੀ ਦੇਖੋਗੇ ਕਿ ਲੋਕ ਆਪਣੇ ਆਪ ਕਹਿਣਗੇ ਕਿ ਯਸ ਹੁਣ ਜਿਹੜਾ ਪਰਮਿਟਿੰਗ ਪ੍ਰੋਸੈਸ ਆ ਉਹ ਈਜ਼ੀ ਹੋ ਗਿਆ ਕੋਵਿਡ ਦੇ ਵਿੱਚ ਬਹੁਤ ਚੈਲੰਜਸ ਸਿਗੇ ਸਾਨੂੰ ਸਟਾਫਿੰਗ ਨੂੰ ਲੈ ਕੇ ਬਹੁਤ ਚੈਲੰਜਸ ਸਿਗੇ ਪਰਫਾਰਮੈਂਸ ਨੂੰ ਲੈ ਕੇ ਸਰਵਿਸ ਲੈਵਲ ਨੂੰ ਸਰਵਿਸ ਡਿਲੀਵਰ ਕਰਨ ਨੂੰ ਲੈ ਕੇ ਬਹੁਤ ਚੈਲੰਜਸ ਸਿਗੇ ਕਿਉਂਕਿ ਸਿਟੀ ਹਾਲ ਬੰਦ ਸੀਗਾ ਸਾਡੇ ਕੋਲ ਰੈਸਟ੍ਰਿਕਸ਼ਨ ਸਿਗੇ ਕਿ ਸਿਟੀ ਹਾਲ ਅਸੀਂ ਖੋਲ ਨਹੀਂ ਸਕਦੇ ਬਹੁਤ ਰੈਜ਼ਿਡੈਂਸ ਆ ਜਿਹੜੇ ਜਿਹੜੇ ਆਨਲਾਈਨ ਜਿਆਦਾ ਇਨ ਐਕਸਪਰਟਸ ਨਹੀਂ ਹੈਗੇ ਹਜੇ ਉਹਨਾਂ ਨੂੰ ਸਟਿਲ ਇਨ ਪਰਸਨ ਜਾ ਕੇ ਹੀ ਜਿਹੜੀ ਸੈਟੀਸਫੈਕਸ਼ਨ ਤੇ ਪ੍ਰੋਪਰ ਜਿਹੜੀ ਆਨਸਰਸ ਹੈਗੇ ਆ ਉਹ ਮਿਲਦੇ ਨੇ ਸੋ ਉਹਨਾਂ ਨੂੰ ਐਕੂਰੇਟ ਇਨਫੋਰਮੇਸ਼ਨ ਜਿਹੜੀ ਆ ਆਨਲਾਈਨ ਚਾਇਓ ਚਾਇਓ ਲੈ ਨਹੀਂ ਸਕਦੇ ਚਾਇਓ ਇਨਨੇ ਟੈਕਨੋਲੋਜੀ ਦੇ ਨਾਲ ਇਨ ਐਕਸਪਰਟ ਨੇ ਸੋ ਉਹ ਜਿਹੜਾ ਹੁਣ ਉਹ ਸਾਰੀਆਂ ਜਿਹੜੀਆਂ ਰੈਸਟ੍ਰਿਕਸ਼ਨਸ ਆਈ ਸੀ ਹੋ ਗਈਆਂ ਹੁਣ ਹੁਣ ਸਿਟੀ ਹਾਲ ਵੀ ਖੁੱਲ ਗਿਆ ਸਿਟੀ ਦਾ ਸਟਾਫ ਵੀ ਸਿਟੀ ਹਾਲ ਦੇ ਵਿੱਚੋਂ ਕੰਮ ਕਰ ਰਿਹਾ ਡਿਫਰੈਂਟ ਲੋਕੇਸ਼ਨਸ ਤੋਂ ਸਰਵਿਸ ਨਹੀਂ ਪ੍ਰੋਵਾਈਡ ਹੋ ਰਹੀ ਇੱਕ ਜਗ੍ਹਾ ਤੋਂ ਸਰਵਿਸ ਸੋ ਜਿਹੜਾ ਸਰਵਿਸ ਦਾ ਲੈਵਲ ਆ ਉਹ ਡੈਫੀਨਿਟਲੀ ਹੁਣ ਮੰਡੇ ਔਨਵਰਡਸ ਜਦੋਂ ਸਟਾਫ ਸਿਟੀ ਦਾ ਇਨਕਲੂਡਿੰਗ ਪਲਾਨ ਚੈਕਰਸ ਐਂਡ ਆਲ that ਜਦੋਂ ਸਿਟੀ ਹਾਲ ਦੇ ਵਿੱਚ ਬੈਕ ਆ ਗਏ ਜਿਹੜੀਆਂ ਨਵੀਂ policies ਦੇ ਨਾਲ ਕੰਮ ਕਰਨਗੇ ਉਹ ਡੈਫੀਨਟਲੀ ਬਹੁਤ ਜ਼ਿਆਦਾ ਇੰਪਰੂਵਮੈਂਟਸ ਜਿਹੜੀਆਂ ਦੇਖਣ ਨੂੰ ਅਗਲੇ ਕੁਝ ਕੁ ਹਫ਼ਤਿਆਂ ਦੇ ਵਿੱਚ ਮਿਲਣਗੀਆਂ ਜੀ ਕੁਝ ਕੁ ਹਫ਼ਤੇ ਤੱਕ ਡੈਲਟਾ ਵਗੈਰਾ ਦੇ ਵਿੱਚ ਕਹਿੰਦੇ ਕਾਫੀ ਫਾਸਟ ਤਰੀਕੇ ਨਾਲ ਜਿਹੜਾ ਬਿਲਡਿੰਗ ਪਰਮਿਟ ਦਾ ਕੰਮ ਚੱਲ ਰਿਹਾ ਸਰੀ ਦੇ ਵਿੱਚ ਡਿਲੇ ਹੋਣ ਕਰਕੇ ਥੋੜਾ ਪਰੇਸ਼ਾਨੀ ਆ ਰਹੀ ਹੈ ਨਹੀਂ ਆਪਾਂ ਬਿਲਕੁਲ ਪਹਿਲੇ ਤੇ ਦੇਖੋ ਕਿ ਜਿਹੜੇ ਜਿਹੜੀ ਸਿਟੀ ਆਫ ਸਰੀ ਹੈ ਮੇਬੀ 10 ਟਾਈਮਸ ਹੈਗੀ ਹੈ ਜਿਹੜੀ ਆਪਾਂ ਤੁਸੀਂ ਮਿਨਿਸਪੈਲਿਟੀ ਡੈਲਟਾ ਦੀ ਗੱਲ ਕਰਦੇ ਹੋ ਸੋ ਕੰਪੇਅਰ ਜੇ ਆਪਾਂ ਕਿਉਂਕਿ ਸਰੀ ਦੇ ਵਿੱਚ ਹਾਈ ਰਾਈਜ਼ਸ ਬਣ ਰਹੀਆਂ ਨੇ ਸਕੂਲਸ ਪੰਡਿਆ ਪਲੀਜ਼ ਪੰਡਿਆ ਤੁਸੀਂ ਇੱਕ ਤੁਸੀਂ ਆਪ ਡੈਲਟਾ ਨਾਲ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਬਹੁਤ ਵੱਡੀ ਸਿਟੀ ਤੇ ਬਹੁਤ ਫਾਸਟਲੀ ਗਰੋ ਹੋ ਰਹੀ ਹੈ ਸਿਟੀ ਸੋ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਮੈਂ ਦੇਖਿਆ ਹੋਇਆ ਮੈਂ ਦੂਸਰੀ ਮਿਊਨਿਸਪੈਲਿਟੀਆਂ ਦੇ ਵਿੱਚ ਵੀ ਕਾਫੀ ਕੰਮ ਕਰਦਾ ਮੈਨੂੰ ਪਤਾ ਹੈ ਕਿ ਜਿਹੜੇ ਇੰਨਾ ਸਰੀ ਦੇ ਵਿੱਚ ਡੈਫੀਨਿਟਲੀ ਸਲੋ ਜ਼ਰੂਰ ਹੈਗਾ ਪਰ ਇੰਨਾ ਜ਼ਿਆਦਾ ਨਹੀਂ ਹੈ ਬਹੁਤ ਸਿਟੀਆਂ ਨਾਲੋਂ ਅਸੀਂ ਬਹੁਤ ਜ਼ਿਆਦਾ ਫਾਸਟ ਹੈ ਆਲਰੇਡੀ ਆਲਰੇਡੀ ਸੋ ਇੰਪਰੂਵਮੈਂਟ ਦੀ ਆਲਵੇਸ ਜ਼ਰੂਰਤ ਰਹਿੰਦੀ ਹੈ ਜਦੋਂ ਨਾਲ ਅਸੀਂ 10 ਵੀਕਸ ਦੇ ਵਿੱਚ 100% ਪਰਮਿਟਸ ਜਿਹੜੇ ਆ 10 ਵੀਕਸ ਦੇ ਵਿੱਚ ਆਉਣ ਲੱਗ ਪਏ ਫਿਰ ਮੇ ਵੀ ਮੇ ਵੀ ਫਿਰ ਡਿਮਾਂਡ ਉੱਠੇਗੀ ਕਿ ਆਪਾਂ 10 ਵੀਕਸ ਤੇ ਬਹੁਤ ਜ਼ਿਆਦਾ ਆ ਇਹਨੂੰ ਆਪਾਂ 7 ਵੀਕਸ ਕਰੀਏ ਰਾਈਟ ਇੰਪਰੂਵਮੈਂਟ ਜਿਹੜੀ ਆ ਆਲਵੇਸ ਚੱਲਦੀ ਰਹੇਗੀ ਸੋ ਅਸੀਂ ਇਹ 25 ਵੀਕ ਤੋਂ ਲੈ ਕੇ ਹੁਣ ਜਿਹੜੀਆਂ ਡਿਲੇਸ ਆ ਰਹੀਆਂ ਹੁਣ ਸਾਨੂੰ ਕੰਪਲੇਂਟਸ ਆ ਰਹੀਆਂ ਕਿ ਸਾਨੂੰ 4 ਮਹੀਨੇ ਹੋ ਗਏ ਹਾਂਜੀ ਰਾਈਟ ਪੰਨਮੀ ਨੇ ਹੋ ਗਿਆ ਪਰ ਇੱਕ ਟਾਈਮ ਤੇ ਜਦੋਂ ਅਸੀਂ ਆਏ ਸੀਗੇ ਉਸ ਟਾਈਮ ਤੇ 8-8 ਮਹੀਨੇ 9-9 ਮਹੀਨੇ ਸੀਗੇ ਅੱਜ ਅਸੀਂ 14-15-16 ਵੀਕਸ ਦੇ ਵਿੱਚ ਅਸੀਂ ਸਟਰਗਲ ਕਰ ਰਹੇ ਹਾਂ ਅਸੀਂ ਉਹਨੂੰ mm -hmm. 10 ਵੀਕਸ ਦੇ ਵਿੱਚ ਲੈ ਕੇ ਆਉਣਾ ਤੇ ਮੈਨੂੰ ਪਤਾ ਕਿ ਅਸੀਂ ਲੈ ਆਉਣਾ ਅਸੀਂ 2019 ਦੇ ਵਿੱਚ ਵੀ ਇਹਨੂੰ ਬੈਕ 10 ਵੀਕਸ ਤੇ ਲਿਆਂਦਾ ਸੀ ਕੁਝ ਕੁ ਪਰਮਿਟ 8 ਵੀਕ ਦੇ ਵਿੱਚ ਵੀ ਰਿਲੀਜ਼ ਹੋਏ ਉਸ ਤੋਂ ਬਾਅਦ ਆ 2019 ਦੇ ਐਂਡ ਤੇ ਜਿਹੜਾ ਪੈਂਡੈਮਿਕ ਸਟਾਰਟ ਹੋ ਗਿਆ ਸਟਾਫ ਘਰ ਚਲਾ ਗਿਆ ਅਸੀਂ ਇਹ ਸਰਵਿਸ ਇੱਕ ਵਾਰ ਆਲਰੇਡੀ ਡਿਲੀਵਰ ਕਰ ਚੁੱਕੇ ਹਾਂ ਜਿਹੜੀ 10 ਵੀਕ ਵਾਲੀ ਆ 2019 ਦੇ ਵਿੱਚ ਸੋ ਇਹਨੂੰ ਬੈਕ ਫਿਰ ਇਹਨੂੰ ਥੋੜਾ ਈਜ਼ੀ ਕਰਨਾ ਇਹ ਸਾਡਾ ਟਾਰਗੇਟ ਹੈ ਸਾਡੀ ਪੂਰੀ ਟੀਮ ਮੇਅਰ ਮਿਕੈਲਮ ਐਗਰੈਸਿਵਲੀ ਅਸੀਂ ਬਾਕੀ ਸਾਰਿਆਂ ਜਿਹੜੀਆਂ ਆਪਣੀਆਂ ਪ੍ਰੋਮਿਸਿਸ ਕੀਆ ਆਲਰੇਡੀ ਡਿਲੀਵਰ ਕਰ ਦਿੱਤੀਆਂ ਅਸੀਂ ਇੱਕ ਜਿਹੜੀ ਚੀਜ਼ ਤੇ ਬਿਹਾਈਂਡ ਹੈਗੇ ਆ ਸਾਨੂੰ ਕਲੀਅਰਲੀ ਪਤਾ ਕਿ ਉਹ ਹੈਗੇ ਜਿਹੜੇ ਪਰਮਿਟਿੰਗ ਪ੍ਰੋਸੈਸ ਹੈਗਾ ਜਾਂ ਉਹਦੀ ਡਿਲੇਸ ਹੈਗੀਆਂ ਬਹੁਤ ਐਗਰੈਸਿਵਲੀ ਹਾਰਡ ਵਰਕ ਕਰ ਰਹੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਜੀ ਜਿੰਨੀ ਜਲਦੀ ਹੋ ਸਕੇ ਜੇ ਜੇ ਮੈਂ ਸੋਚਾਂ ਕਿ ਮੈਂ ਕਰ ਸਕਦਾ ਹਾਂ ਮੈਂ ਇਹਨੂੰ ਕੱਲ ਹੀ ਇੰਪਲੀਮੈਂਟ ਕਰ ਦਿਆਂ ਕਿ ਕੱਲ ਤੋਂ ਹੀ ਜਿਹੜਾ ਪਰਮਿਟ 10 ਵੀਕ ਦੇ ਵਿੱਚ ਆ ਜਾਏ ਇਨਫੈਕਟ 8 ਵੀਕ ਜਾਂ 7 ਵੀਕ ਦੇ ਵਿੱਚ ਆ ਜਾਏ ਜੀ पर बहुत बहुत जेडे चैलेंजेस ਹੁੰਦੇ ਆ ਜਦੋਂ ਤੁਸੀਂ ਏਡੇ ਵੱਡੇ ਲੈਵਲ ਦੀਆਂ ਜਿਹੜੀਆਂ ਚੇਂजेस ਕਰਨੇ ਉਹਨੂੰ ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਸੋ ਅਸੀਂ ਕਰ ਰਹੇ ਹਾਂ ਤੇ ਹੋਪਫੁਲੀ ਅਗਲੇ ਸ਼ੋਰਟ ਫਿਊਚਰ ਦੇ ਵਿੱਚ ਜਿਹੜਾ ਇਹ ਜਿਹੜੀਆਂ ਚੇਂजेस ਆ ਦੇਖਣ ਨੂੰ ਮਿਲਣਗੇ ਨਾਗਰਾ ਜੀ ਇਸ ਵੇਲੇ ਘਰ ਖਰੀਦਣ ਵਾਲੇ ਤਾਂ ਇੰਤਜ਼ਾਰ ਕਰ ਰਹੇ ਨੇ ਇਸ ਲਈ ਸ਼ਾਇਦ ਬਿਲਡਿੰਗ ਪਰਮਿਟ ਦੇ ਕਰਕੇ ਉਹ ਪਰੇਸ਼ਾਨ ਵੀ ਨੇ ਹੁਣ ਅਜਿਹੇ ਬਾਏਰਸ ਵੀ ਨੇ ਜਿਨ੍ਹਾਂ ਨੂੰ ਬਿਲਡਰ ਵੀ ਅੱਗੋਂ ਕੁਝ ਦੱਸ ਨਹੀਂ ਰਹੇ ਉਹ ਬਾਏਰਸ ਵੀ ਪਰੇਸ਼ਾਨ ਨੇ ਉਹ ਵੀ ਜਦੋਂ ਅਸੀਂ ਵੀ ਨਿਕਲਦੇ ਹਾਂ ਸਾਡਾ ਵੀ ਇਹ ਗੱਲਾਂ ਜਿਹੜੀਆਂ ਸ਼ੇਅਰ ਕਰਦੇ ਨੇ ਵੀ ਇਹਨਾਂ ਚੀਜ਼ਾਂ ਦੀ ਪਰੇਸ਼ਾਨੀ ਦਾ ਆਈ ਰਹੀ ਹੈ ਜੀ ਜਿਹੜੇ ਬਿਲਡਰਸ ਆ ਆਪਣੇ ਪਹਿਲੇ ਵੀ ਇਹ ਆਪਾਂ ਨੂੰ ਆਏ ਸੀਗੇ ਕਮੈਂਟਸ ਪਰ ਮੈਂ ਉਹਨਾਂ ਨੂੰ ਇਨਕਰੇਜ ਕਰੂੰਗਾ ਕਿ ਤੁਸੀਂ ਜੇ ਆਪਣੀਆਂ ਯੂਨਿਟਸ ਪ੍ਰੀ ਸੈਲ ਕੀਤੀਆਂ ਆ ਤੁਸੀਂ ਜਿਹੜੇ ਆਪਣੇ ਜਿਹੜੇ ਕਲਾਇੰਟਸ ਹੈਗੇ ਆ ਜਿਹੜੇ ਤੁਹਾਡੇ ਬਾਏਰਸ ਆ ਉਹਨਾਂ ਨੂੰ ਜ਼ਰੂਰ ਲੂਪ ਤੇ ਵਿੱਚ ਰੱਖੋ ਉਹਨਾਂ ਨੂੰ ਦੱਸੋ ਜ਼ਰੂਰ ਕਿ ਇਹ ਆਪਣੀ ਇੱਕ ਰਿਸਪੌਂਸਿਬਿਲਟੀ ਹੈਗੀ ਆ ਆਪਣਾ ਸਰਵਿਸ ਦੇਣਾ ਆਪਣੀ ਰਿਸਪੌਂਸਿਬਿਲਟੀ ਆ ਕਿ ਉਹਨਾਂ ਨੂੰ ਏਟ ਲੀਸਟ ਇਨਫਾਰਮਡ ਰੱਖਿਏ ਕਿ ਜਿਹੜਾ ਉਹਨਾਂ ਦੇ ਪ੍ਰੋਜੈਕਟ ਦੇ ਵਿੱਚ ਜਿਨ੍ਹਾਂ ਨੇ ਇਨਵੈਸਟ ਕੀਤਾ ਹੋਇਆ ਆ ਤੁਹਾਡੇ ਤੇ ٹرسٹ ਕਰਕੇ ਉਹ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਜਿਹੜਾ ਉਹਨਾਂ ਦੇ ਜਿਹੜਾ ਘਰ ਆ ਜਿਹਦੇ ਵਿੱਚ ਉਹਨਾਂ ਨੇ ਮੂਵ ਹੋਣਾ ਹੈ ਚਾਹੇ ਟਾਊਨ ਹਾਊਸ ਹੈ ਚਾਹੇ ਕੋਨਡੋ ਯੂਨਿਟ ਹੈ ਉਹ ਕਦੋਂ ਤੱਕ ਰੈਡੀ ਹੋ ਜਾਏਗੀ ਤਾਂ ਕਿ ਉਹ ਅਕੋਰਡਿੰਗਲੀ ਪਲਾਨਸ ਬਣਾ ਸਕਣ ਸੋ ਆਪਾਂ ਇਹ ਨੰਬਰ ਆਫ ਕਾਲਰਸ ਸੁਣਿਆ ਕਿ ਇਹ ਪ੍ਰੋਬਲਮ ਹੈਗੀ ਆ ਸੋ ਮੈਂ ਬਿਲਡਰਸ ਨੂੰ ਵੀ ਇਨਕਰੇਜ ਕਰੂੰਗਾ ਕਿ ਤੁਸੀਂ ਪਲੀਜ਼ ਆਪਣੇ ਜਿਹੜੇ ਬਾイヤਰਸ ਹੈ ਉਹਨਾਂ ਨੂੰ ਇਨਫਾਰਮਡ ਰੱਖੋ ਤਾਂ ਕਿ ਉਹ ਅਕੋਰਡਿੰਗਲੀ ਆਪਣੇ ਡਿਸੀਜਨਸ ਬਣਾ ਸਕਣ ਬਿਲਕੁਲ ਮਨਦੀਪ ਜੀ ਕਾਖੜੀ ਸਵਾਲ ਕਿ ਇਸ ਵੇਲੇ ਜਿਹੜੇ ਲੋਕ ਘਰ ਖਰੀਦਣਾ ਚਾਹੁੰਦੇ ਨੇ ਤੇ ਜਿਹੜੇ ਲੋਕਾਂ ਨੂੰ ਖਾਸ ਕਿ ਆਪ ਕਾਫੀ ਕੀਮਤਾਂ ਉੱਪਰ ਜਾਣ ਕਰਕੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਉਹਨਾਂ ਵਾਸਤੇ ਕੀ ਸਹੀ ਸਮਾਂ ਹੈ ਮਾਰਕੀਟ ਨੂੰ ਦੇਖਦੇ ਹੋਏ ਖਾਸ ਕਰਕੇ ਜਦੋਂ ਦਾ ਹੁਣ ਯੂਕੇਨ ਰੂਸ ਇਹ ਜਿਹੜੇ ਇਸ਼ੂ ਆ ਗਏ ਨੇ ਉਹਨੂੰ ਲੈ ਕੇ ਮਹਿੰਗਾਈ ਅਸੀਂ ਦੇਖੀਏ ਤਾਂ ਕਿਤੇ ਦੀ ਕਿਤੇ ਜਾ ਰਹੀ ਹੈ ਗੈਸ ਦੇ ਜਿਹੜੇ ਰੇਟ ਹੈ ਉਹ ਵਧ ਰਹੇ ਨੇ ਸੋ ਘਰਾਂ ਦੇ ਲੋਕ ਵੀ ਪੁੱਛ ਰਹੇ ਨੇ ਵੀ ਕੀ ਅਸੀਂ ਹੁਣ ਲਈਏ ਜਾਂ ਨਾ ਲਈਏ ਕੀ ਸਲਾਹ ਦੇਣਾ ਚਾਹੋਗੇ ਇਹ ਬਹੁਤ ਵੱਡਾ ਤੁਸੀਂ ਇਕਨੋਮਿਕਸ ਨੂੰ ਲੈ ਕੇ ਤੁਸੀਂ ਮੇਰੇ ਤੋਂ ਕੁਐਸਚਨ ਪੁੱਛਿਆ ਪਰ ਮੈਨੂੰ ਲੱਗਦਾ ਇਹ ਇਹ ਆਲਵੇਸ ਅਨਪ੍ਰੇਡਿਕਟੇਬਲ ਹੁੰਦਾ ਕਿ ਵੈਦਰ ਮਾਰਕੀਟ ਕਿੱਦਾਂ ਨੂੰ ਜਾਣੀ ਪਰ ਜੋ ਮੈਨੂੰ ਫੀਲ ਹੁੰਦਾ ਕਿ ਸਰੀ ਦੇ ਵਿੱਚ ਜਾਂ ਇਸ ਰੀਜਨ ਦੇ ਵਿੱਚ ਜਿਹੜਾ ਇੰਪੈਕਟ ਆ ਉਹ ਲੋਕਲ ਨਹੀਂ ਕਦੀ ਵੀ ਰਿਹਾ ਉਹ ਉਹ ਗਲੋਬਲ ਇੰਪੈਕਟਸ ਬਹੁਤ ਜ਼ਿਆਦਾ ਨੇ ਜਿਹੜੇ ਐਕਸਟਰਨਲ ਪਰ ਸਰੀ ਕਾਉਂਸਲਰ ਹੋਣ ਦੇ ਨਾਤੇ ਸਲਾਹ ਲੋਕਾਂ ਨੂੰ ਦੇ ਸਕਦਾ ਤੁਸੀਂ ਵੀ ਉਹ ਖਰੀਦਣਾ ਨਾ ਯਾਰ ਜੀ ਡੈਫੀਨਿਟਲੀ ਅਸੀਂ ਨਹੀਂ ਬਿਲਕੁਲ ਮੈਂ ਅਗੇਨ ਏ ਵੈਰੀ ਅਨਪ੍ਰੇਡਿਕਟੇਬਲ ਪਰ ਅਸੀਂ ਜੋ ਦੇਖ ਰਹੇ ਹਾਂ ਜਿਹੜੀਆਂ ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀਸ ਹੈਗੀਆਂ ਉਹਦੇ ਵਿੱਚ ਕਲੀਅਰਲੀ ਹੈ ਕਿ ਓਵਰ 4 ਲੱਖ ਜਿਹੜਾ ਨਵੇਂ ਇਮੀਗ੍ਰੈਂਟਸ ਆ ਉਹ ਇੱਥੇ ਆਉਣਗੇ ਮੈਨੂੰ ਲੱਗਦਾ 4 ਲੱਖ ਦੇ ਵਿੱਚੋਂ ਬਹੁਤ ਵੱਡਾ ਇੱਕ ਨੰਬਰ ਹੋਏਗਾ ਜਿਹੜਾ ਸਰੀ ਨੂੰ ਆਪਣਾ ਘਰ ਬਣਾਉਣਗੇ ਸੋ ਜਦੋਂ ਆਲਰੇਡੀ ਅਸੀਂ ਸਟਰਗਲ ਕਰ ਰਹੇ ਹਾਂ ਹਾਊਸਿੰਗ ਦੇ ਵਿੱਚ ਇਨਫ ਹਾਊਸਿੰਗ ਨਹੀਂ ਹੈਗੀ ਕਿਉਂਕਿ ਜਿਹੜੀ ਪਾਪੂਲੇਸ਼ਨ ਹੈ ਬਹੁਤ ਗਰੋ ਹੋ ਰਹੀ ਆ ਉਸ ਤੋਂ ਬਾਅਦ ਆ 4 ਲੱਖ ਲੋਕ ਹੋਰ ਇੱਥੇ ਆ ਜਾਣੇ ਆ ਆਬਵੀਅਸਲੀ ਉਹ ਉਹ ਵੀ ਇਨਵੈਸਟ ਕਰਨਗੇ ਉਹ ਵੀ ਘਰ ਲੈਣਾ ਚਾਹਣਗੇ ਸੋ ਜਿਹੜੀ ਘਰਾਂ ਦੀ ਜਿਹੜੀ ਹੈਗੀ ਡਿਮਾਂਡ ਹੈਗੀ ਆ ਉਹ ਤੇ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਰਹੇਗੀ ਸੋ ਉਹਦੇ ਨਾਲ ਪ੍ਰਾਈਸਿਸ ਕਿੱਥੇ ਕਿ ਜਾਂਦੀਆਂ ਉਹ ਕਹਿਣਾ ਤੇ ਔਖਾ ਮੇਰੇ ਵਾਸਤੇ ਵੀ ਜਾਂ ਕਿਸੇ ਵਾਸਤੇ ਵੀ ਬਹੁਤ ਅਨਪ੍ਰੇਡਿਕਟੇਬਲ ਪਰ ਡਿਮਾਂਡ ਜਿਹੜੀ ਹੈ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਹਾਊਸਿੰਗ ਦੀ ਡਿਮਾਂਡ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਰਹੇਗੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ